ਫਰੀਦਕੋਟ ਪੁਲਿਸ ਵੱਲੋਂ ਇੱਕ ਧਰਮ ਪ੍ਰਚਾਰਕ ਦੇ ਖਿਲਾਫ ਲੜਕੇ ਨਾਲ ਕੁਕਰਮ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਫਰੀਦਕੋਟ ਦੇ ਪਿੰਡ ਸਾਂਧਾਵਾਲਾ ਦੇ ਇੱਕ ਧਾਰਮਿਕ ਸਥਾਨ ਤੇ ਮੁਖੀ ਬਾਬਾ ਅਵਤਾਰ ਸਿੰਘ ਸਾਂਧਾਵਾਲਾ ਖਿਲਾਫ ਕਥਿਤ ਤੌਰ ਤੇ ਇੱਕ 19 ਸਾਲਾ ਲੜਕੇ ਨਾਲ ਬਦਫੇਲੀ ਕਰਨ ਦੇ ਦੋਸ਼ ਲੱਗੇ ਹਨ। ਪੀੜਿਤ ਲੜਕੇ ਨੇ ਪੁਲਿਸ ਨੂੰ ਦਿੱਤੇ ਬਿਆਨ 'ਚ ਕਿਹਾ ਹੈ ਕਿ ਕਰੀਬ 2 ਸਾਲ ਤੋਂ ਧਰਮ ਪ੍ਰਚਾਰਕ ਉਸ ਨਾਲ ਕੁਕਰਮ ਕਰਦਾ ਆ ਰਿਹਾ ਹੈ ਅਤੇ ਮਾਮਲਾ ਧਾਰਮਿਕ ਆਗੂ ਨਾਲ ਜੁੜਿਆ ਹੋਣ ਕਰਕੇ ਪੁਲਿਸ ਇਸ ਮਾਮਲੇ ਵਿੱਚ ਮੀਡੀਆ ਤੋਂ ਦੂਰੀ ਬਣਾ ਕੇ ਚੱਲ ਰਹੀ ਹੈ ਅਤੇ ਇਸ ਮਾਮਲੇ 'ਚ ਕੁਝ ਵੀ ਕਹਿਣ ਤੋਂ ਕੰਨੀ ਕਤਰਾ ਰਹੀ ਹੈ। ਜਦੋਂ ਮੈਂ ਖੇਤੋਂ ਆਉਂਦਾ ਸੀ ਤਾਂ ਮੇਰੇ ਨਾਲ ਬਹੁਤ ਜ਼ਿਆਦਾ ਧੱਕਾ ਕਰਦਾ ਸੀ। ਜਦੋਂ ਮੈਂ ਖੇਤ ਜਾਣਾ ਉਹਨੇ ਪਹਿਲਾਂ ਮੂਹਰੇ ਜਾ ਕੇ ਖੜ੍ਹ ਜਾਣਾ। ਜਦੋਂ ਮੈਂ ਖੇਤੋਂ ਉਹਨੂੰ ਉਹਦੇ ਕੈਮਰਾ ਲੱਗਿਆ ਵਾ ਜਿੱਥੇ ਉਹ ਬੈਠਾ ਹੁੰਦਾ ਕਮਰੇ 'ਚ, ਬਾਹਰ ਕੈਮਰਾ ਲੱਗੇ। ਜਦੋਂ ਮੈਂ ਖੇਤ ਨੂੰ ਜਾਂਦਾ ਸੀ ਪਹਿਲਾਂ ਦੇਖ ਲੈਂਦਾ ਸੀ ਵੀ ਆਉਂਦਾ ਪਿਆ ਅਤੇ ਉਹਦੇ ਜਾ ਕੇ ਖੇਤ ਖੜ੍ਹ ਜਾਂਦਾ ਸੀ। ਜਦੋਂ ਮੈਂ ਖੇਤ ਪਸ਼ੂ ਖੋਲ੍ਹਣ ਲੱਗਦਾ ਸੀ ਪਹਿਲਾਂ ਮੂਹਰੇ ਮੇਰੀ ਬਾਂਹ ਫੜ ਕੇ ਮੈਨੂੰ ਧੱਕੇ ਨਾਲ ਅੰਦਰ ਲੈ ਜਾਂਦਾ ਸੀ। ਉਹਦੇ ਇੱਕ ਕਮਰਾ ਬਣਿਆ, ਉਹਦੇ ਵਿੱਚ ਏਸੀ ਲੱਗਿਆ, ਸਾਰਾ ਕੁਛ ਲੱਗਿਆ ਵਾ ਅਤੇ ਉੱਥੇ ਮੈਨੂੰ ਲਿਜਾ ਕੇ ਮੇਰੇ ਨਾਲ ਧੱਕਾ ਕਰਦਾ ਰਿਹਾ। ਸਰ ਇਹ 2 ਸਾਲ ਤੋਂ ਮੇਰੇ ਨਾਲ ਲਗਾਤਾਰ ਕਰਦਾ ਰਿਹਾ। ਸਰ ਜਦੋਂ ਮੈਂ ਉਹਨੂੰ ਕਹਿੰਦਾ ਸੀ ਮੈਂ ਉਹਦੇ ਘਰ ਜਾ ਕੇ ਦੱਸੂ, ਸਰ ਮੈਨੂੰ ਬਹੁਤ ਡਰਾਉਂਦਾ ਸੀ, ਧਮਕਾਉਂਦਾ ਸੀ, ਮਾਰ ਕੁੱਟ ਵੀ ਕਰਦਾ ਸੀ। ਸਰ ਮੈਨੂੰ ਉਹਨੇ ਦਵਾਈ ਵੀ ਪਿਆਈ ਇਸ ਕੰਮ 'ਚ। ਸਰ ਤੁਮ ਕਹਿੰਦੇ ਸੀ ਮੈਂ ਤੇਰੇ ਪਰਿਵਾਰ ਨੂੰ ਐਂ ਕਰੂੰ, ਤੈਨੂੰ ਐਂ ਕਰੂੰ। ਸਰ ਮੈਨੂੰ ਪਿਸਤੌਲ ਹੀ ਦਿਖਾਉਂਦਾ ਸੀ। ਹਾਂਜੀ, ਸਰ ਤੈਨੂੰ ਜਾਨੋ ਮਾਰੂ। ਸਰ ਉਸਨੇ ਮੈਨੂੰ ਦਵਾਈ ਵੀ ਪਿਆਈ। ਸਰ ਇਸ ਤਰ੍ਹਾਂ ਮੈਨੂੰ ਬਹੁਤ ਟਾਈਮ, ਜਦੋਂ ਸਰ ਮੇਰੀ ਬੇਹੱਦ ਨਿਹਾਤ ਹੋ ਗਈ, ਸਰ ਮੈਂ ਇੱਕ ਦਿਨ ਉਹਦੀ ਰਿਕਾਰਡਿੰਗ ਕੀਤੀ, ਸਾਰਾ ਕੁਛ ਕੀਤਾ। ਮੈਂ ਆਪਣੇ ਪੇਰੈਂਟਸ ਨੂੰ ਦੱਸਿਆ, ਸਰ ਰਿਕਾਰਡਿੰਗ ਸੁਣਾਈ ਸਾਰੀ। ਫਰੀਦਕੋਟ ਤੋਂ ਜਾਗਰਤੀ ਲਹਿਰ ਲਈ ਗੁਰਜੀਤ ਰੋਮਾਨਾ ਦੀ ਰਿਪੋਰਟ।